ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ। ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਵੈਲਕਮ ਕਰਦਾ ਆਪਣੇ ਚੈਨਲ 'ਤੇ, ਅਤੇ ਘੈਂਟ ਤੋਂ ਘੈਂਟ ਵੀਡੀਓ ਮੈਂ ਤੁਹਾਡੇ ਲਈ ਲੈ ਕੇ ਆਉਂਦਾ ਰਹਿੰਦਾ। ਅੱਜ ਇੱਕ ਹੋਰ ਵੀਡੀਓ ਲੈ ਕੇ ਆਇਆ ਤੁਹਾਡੇ ਲਈ, ਫੋਰਡ 4600 ਦੀ, ਅਤੇ ਇੰਪੋਰਟ ਹੋਇਆ ਹੋਇਆ ਟਰੈਕਟਰ ਆ ਜੋ ਇੰਗਲੈਂਡ ਤੋਂ ਆਇਆ ਸੀ। ਦੁਬਾਰਾ ਰਿਸਟੋਰੇਸ਼ਨ ਹੋਇਆ ਅਤੇ ਜੋ ਜੋ ਇਹਦੇ ਉੱਤੇ ਅਸੈਸਰੀ ਲੱਗੀ, ਜੋ ਖਰਚਾ ਆਇਆ ਇਹਦੇ ਉੱਪਰ, ਉਹ ਮੈਂ ਤੁਹਾਨੂੰ ਸਾਰੀ ਡਿਟੇਲ ਦੱਸੂੰਗਾ। ਬਾਕੀ ਗੱਲਬਾਤ ਆਪਾਂ ਭਾਈ ਦੇ ਨਾਲ ਕਰਦੇ ਹਾਂ ਅਤੇ ਉਹਨਾਂ ਨੂੰ ਪੁੱਛਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ, ਕੀ ਨਾਮ ਭਾਜੀ ਆਪਣਾ? ਭਾਈ ਮੇਰਾ ਨਾਮ ਹਕੀਕਤ ਸਿੰਘ ਆ, ਉੱਦਾਂ ਮੈਨੂੰ ਹਿੱਕਾ ਸੜਦੇ ਭਾਈ ਸਾਰੇ। ਅਤੇ ਕਿਹੜੇ ਪਿੰਡ ਤੋਂ ਭਾਜੀ ਆਪਾਂ? ਪਿੰਡ ਭਾਜੀ ਆਪਣਾ ਉੱਗੀ ਆ ਜੀ। ਠੀਕ ਆ। ਅਤੇ ਭਾਜੀ ਇਹ ਫੋਰਡ 4600, ਹਾਂਜੀ ਭਾਈ, ਇਹਦੇ ਬਾਰੇ ਥੋੜ੍ਹੀ ਆਪਾਂ ਨੂੰ ਡਿਟੇਲ ਦੱਸੋ। ਇਹ ਭਾਜੀ ਇੰਗਲੈਂਡ ਤੋਂ ਇੰਪੋਰਟ ਹੋਇਆ ਹੋਇਆ ਟਰੈਕਟਰ ਆ ਭਾਜੀ। ਠੀਕ। ਇਹ 84 ਮਾਡਲ ਦੇ ਲਗਭਗ ਅੱਗੇ ਹੋਊਗਾ। ਆਪਾਂ 2008 'ਚ ਜੀਰੇ ਤੋਂ ਲਿਆ ਸੀਗਾ ਜੀ, ਕਿਸੇ ਦੇ ਘਰੋਂ ਖੜਾ। ਠੀਕ ਹੈ ਭਾਜੀ। ਅਤੇ ਹੁਣ ਆਪਾਂ ਦੁਬਾਰਾ ਰੀਸਟੋਰ ਕਰਾਇਆ ਭਾਜੀ ਇਹਨੂੰ। ਠੀਕ ਆ। ਅਤੇ ਜੋ ਮਤਲਬ ਕਿ ਇਹਦੇ ਵਿੱਚ ਆਪਾਂ ਕਰਵਾਈ ਮੋਡੀਫਿਕੇਸ਼ਨ, ਉਹ ਓਰੀਜਨਲ ਹੀ ਆ ਸਾਰਾ? ਜੈਨੂਅਨ ਨਹੀਂ ਭਾਜੀ, ਹੁਣ ਇਹਨੂੰ ਜੈਨੂਅਨ ਤਾਂ ਨਹੀਂ ਕਹਿ ਸਕਦੇ, ਕਿਉਂਕਿ ਕਈ ਸਮਾਨ ਭਾਜੀ ਮਿਲਦੇ ਨਹੀਂ ਸੀ। ਪਾਵਰ ਸਟੀਅਰਿੰਗ ਇਹ ਦੁਬਾਰਾ ਆਪ ਕਰਾਇਆਗਾ, 60-55 ਹਜ਼ਾਰ ਹਿੱਸਾ ਲਵਾ ਕੇ ਇਹਨੂੰ। ਠੀਕ ਹੈ ਭਾਜੀ। ਹੋਰ ਵੀ ਭਾਜੀ ਸਮਾਨ ਲਵਾਇਆਗਾ, ਜਾਨੂੰ ਫਾਰਮ ਟਰੈਕ ਦਾ ਸਮਾਨ ਲੱਗ ਜਾਂਦਾ ਭਾਜੀ। ਠੀਕ ਹੈ। ਅਤੇ ਉਹ ਲਵਾਇਆ ਗਿਆ ਜਿੱਥੋਂ ਜੋ ਲੱਗਾ, ਜੋ ਓਰੀਜਨਲ ਰਹਿ ਸਕਿਆ ਰੱਖਿਆ ਹੋਇਆ ਸੀ। ਠੀਕ ਹੈ ਭਾਜੀ। ਤੇ ਭਾਜੀ ਭਾਈ ਦੇ ਵਿੱਚ ਪੇਂਟ ਜਿਹੜਾ ਯੂਜ਼ ਕੀਤਾ, ਉਹ ਆਪਾਂ ਕਿਹੜਾ ਯੂਜ਼ ਕੀਤਾ? ਭਾਜੀ ਇਹਦੇ ਵਿੱਚ 2K ਪੇਂਟ ਯੂਜ਼ ਹੋਇਆ, ਸਾਰਾ ਮੈਟੈਲਿਕ ਭਾਈ 2K, ਜਿੱਦਾਂ ਤੁਸੀਂ ਦੇਖ ਸਕਦੇ ਭਾਜੀ ਸਾਰਾ 2K ਮੈਟੈਲਿਕ ਹੈ। ਠੀਕ ਹੈ, ਠੀਕ ਹੈ। ਸਾਰਾ ਭਾਜੀ ਉਹੀ ਕੰਮ ਹੋਇਆ, ਬਹੁਤ ਵਧੀਆ ਪੇਂਟ ਕੀਤਾ ਭਾਜੀ। ਠੀਕ ਹੈ ਭਾਜੀ। ਜਿੱਦਾਂ ਇਹਨੂੰ ਆਪਾਂ ਮੌਂਸਟਰ ਟਾਇਰ ਹੀ ਕਹਿ ਸਕਦੇ, ਮਤਲਬ ਕਿ ਫੁੱਲ ਸਾਈਜ਼ ਦਾ ਸਾਈਜ਼ ਹੈ ਨਾ ਇਹਨਾਂ ਦਾ? ਹਾਂਜੀ ਭਾਜੀ। ਤੇ ਇਹਦੀ ਪ੍ਰੋਫਾਈਲ ਦੱਸੋ ਭਾਜੀ। ਇਹ ਭਾਜੀ 19 ਇੰਚ ਚੌੜਾ ਹੈ ਟਾਇਰ, ਤੇ 17 ਇੰਚ ਰਿਮ ਲੱਗਦਾ ਭਾਜੀ ਇਹਨੂੰ। ਠੀਕ ਹੈ। ਇਹ ਰਿਮ ਜਿੱਦਾਂ ਮੋਡੀਫਾਈ ਕਰਕੇ ਬਣਾਉਂਦੇ ਆ ਭਾਜੀ, ਰਿਮ ਸਪੈਸ਼ਲ ਬਣਦੇ ਜਲੰਧਰ ਇਹ। ਠੀਕ ਹੈ ਭਾਜੀ। ਤੇ ਇਹਦੇ ਭਾਜੀ ਦਾ ਇਹ ਜੋ ਆਪਾਂ ਅਟੈਚ ਕਰਨੇ ਨੋਰਮਲ ਟਾਇਰ ਤੋਂ, ਤੇ ਕੋਈ ਵੱਖਰੀ ਚੀਜ਼ ਇਹਦੇ ਵਿੱਚ ਕੀ ਲੱਗਦੀ? ਇਹ ਭਾਜੀ ਇਹਨੂੰ ਸਪੇਸਰ ਦੇਣਾ ਪੈਂਦਾ, ਹੱਬ ਸਪੇਸਰ ਭਾਜੀ ਦੇਣਾ ਪੈਂਦਾ ਵਿੱਚ, ਫਿਰ ਲੱਗਦੇ ਭਾਜੀ। ਠੀਕ ਹੈ ਭਾਜੀ। ਤੇ ਇੰਜਨ ਵਿੱਚ ਭਾਜੀ ਆਪਾਂ ਇਹਦੇ ਕੀ ਮੋਡੀਫਾਈ ਕੀਤਾ? ਇੰਜਨ ਭਾਜੀ ਦੁਆਰਾ ਰੀਸਟੋਰ ਹੋਇਆ, ਚਲੋ ਡਾਇਨਮੋ ਦੀ ਜਗ੍ਹਾ ਅਲਟਰਨੇਟਰ ਲਾਤਾ ਆ। ਠੀਕ ਹੈ ਭਾਜੀ। ਭਾਜੀ ਬਾਕੀ ਮਾੜਾ ਮੋਟਾ ਜੋ ਉਹਦਾ ਕੰਮ ਹੋਇਆ ਉਹ ਹੀ ਆ, ਇੰਜਨ ਤਕਰੀਬਨ ਓਰੀਜਨਲ ਆ ਭਾਜੀ। ਓਰੀਜਨਲ ਆ। ਠੀਕ ਹੈ ਭਾਜੀ। ਤੇ ਜੋ ਪਿਛਲੇ ਟਾਇਰਾਂ ਦੀ ਪ੍ਰੋਫਾਈਲ ਆ ਉਹਦੇ ਬਾਰੇ ਭਾਜੀ? ਪਿਛਲੇ ਭਾਜੀ ਇਹਨੂੰ 16-28 ਦੇ ਆ, ਪਰ ਆਪਾਂ ਰੇਡੀਅਲ ਪਾਏ ਆ 420-85 ਦੇ। ਠੀਕ ਹੈ। ਇਹ ਰੇਡੀਅਲ ਟਾਇਰ ਆ ਜਾਂਦੇ ਭਾਜੀ ਅਪੋਲੋ 'ਚ। ਠੀਕ ਹੈ ਭਾਜੀ। ਤੇ ਜਿਹੜੇ ਇਹਦੇ ਆ ਫੈਂਡਰ ਲੱਗੇ ਹੋਏ ਵੀ ਮੇਰੇ ਹਿਸਾਬ ਨਾਲ ਫੋਰਡ 60 ਦੇ ਹੀ ਆ? ਹਾਂਜੀ, ਇਹ ਭਾਜੀ ਫਾਰਮ ਟਰੈਕ 60-55 ਦੇ ਫੈਂਡਰ ਆ ਭਾਜੀ ਓਰੀਜਨਲ। ਠੀਕ ਹੈ ਭਾਜੀ। ਤੇ ਲਾਈਟਾਂ ਲੂਟਾਂ ਜੋ ਮਤਲਬ ਕਿ ਸਾਰਾ ਕੁਝ ਜੋ ਹੋਣਾ ਦਾ ਹੈ? ਹਾਂਜੀ ਭਾਈ, ਜੋ ਨਵੇਂ ਫਾਰਮ ਟਰੈਕ ਨੂੰ ਆ ਰਿਹਾ ਭਾਜੀ ਆਪਾਂ ਸਭ ਉਹੀ ਪਾਈਆਂ, ਵੀ ਸੋਹਣਾ ਲੱਗਣ ਆਪਣੇ। ਹਾਂਜੀ ਹਾਂਜੀ। ਤੇ ਜੋ ਭਾਜੀ ਇਹਦੀ ਫਰੰਟ ਗ੍ਰਿਲ ਆ, ਉਹ ਓਰੀਜਨਲ ਹੀ ਆ ਕਿ ਮਤਲਬ ਉਹ ਵੀ ਦੁਬਾਰਾ ਕਰਵਾਈ ਆ? ਇਹ ਭਾਜੀ ਮਿਲ ਜਾਂਦੀ ਫੋਰਡ ਦੀ ਆਮ ਹੀ ਗ੍ਰਿਲ ਆ ਭਾਜੀ, ਲੈ ਕੇ ਪਾਈ ਆ। ਇਹਨੂੰ ਜਿਹੜੀ ਅਸਲੀ ਗ੍ਰਿਲ ਆਉਂਦੀ ਭਾਜੀ ਇੰਗਲੈਂਡ ਵਾਲੀ, ਉਹ ਆਪਣੇ ਕੋਲ ਮਿਲੀ ਨਹੀਂ ਭਾਜੀ, ਇੱਥੋਂ ਵੀ ਹੈ ਨਹੀਂ ਸੀਗੀ। ਠੀਕ ਆ। ਕੋਸ਼ਿਸ਼ ਕਰਦੇ ਜੇ ਬਾਹਰੋਂ ਮੰਗਾ ਸਕੀਏ ਤਾਂ ਲਾਵਾਂਗੇ ਭਾਜੀ ਜ਼ਰੂਰ। ਠੀਕ ਹੈ ਭਾਜੀ। ਤੇ ਇਹ ਬੰਪਰ ਦੇ ਭਾਜੀ ਇੱਕ ਵੇਟ ਵਾਲਾ ਆ ਕਿ ਮਤਲਬ ਨੋਰਮਲ ਵੈਸੇ ਹੀ ਆ? ਇਹ ਭਾਜੀ ਬਹੁਤ ਹੈਵੀ ਆ ਬੰਪਰ ਭਾਜੀ, 1 ਕੁਇੰਟਲ ਤੋਂ ਉੱਤੇ ਆ ਭਾਜੀ ਬੰਪਰ ਇਹ। ਠੀਕ ਹੈ। ਹੈਵੀ ਵੀ ਆ, ਲੁੱਕ ਵੀ ਬਣਦੀ ਆ ਟਰੈਕਟਰ ਦੀ ਭਾਜੀ। ਠੀਕ ਹੈ ਭਾਜੀ। ਤੇ ਹੈੱਡ ਲਾਈਟਾਂ ਦੇ ਵਿੱਚ ਵੀ ਮੈਂ ਦੇਖਦਾ ਕਿ ਚੇਂਜ ਕੀਤਾ ਹੋਇਆ, LED ਪਾਈਆਂ ਹੋਈਆਂ। ਹਾਂਜੀ ਭਾਜੀ, ਇਹਨੂੰ LED ਪਾਈਆਂ ਲਾਈਟਾਂ ਭਾਜੀ, ਵੀ ਜ਼ਿਆਦਾ ਲਾਈਟ ਵਾਸਤੇ ਵੀ, ਇੱਕ ਵਾਈਟ ਲਾਈਟ ਸੋਹਣੀ ਲੱਗਦੀ। ਹਾਂਜੀ ਹਾਂਜੀ। ਤੇ ਇਹ ਭਾਜੀ ਏਅਰ ਕਲੀਨਰ, ਇਹ ਵੀ ਚੇਂਜ ਆ? ਹਾਂਜੀ ਭਾਜੀ, ਇਹ ਨਿਊ ਹਾਲੈਂਡ ਦਾ ਏਅਰ ਕਲੀਨਰ ਆ ਭਾਜੀ, ਅਸਾਂਸਰ ਏਅਰ ਕਲੀਨਰ, ਇਹ ਨਿਊ ਹਾਲੈਂਡ ਦਾ ਆ ਭਾਜੀ। ਠੀਕ ਹੈ ਭਾਜੀ। ਤੇ ਇਸ ਤੋਂ ਅੱਗੇ ਆਪਾਂ ਚੱਲਦੇ ਹਾਂ ਜੀ, ਆ ਜਾਓ। ਜੋ ਸਿਸਟਮ ਲੱਗਾ ਹੋਇਆ ਭਾਜੀ, ਇਹ P2 ਲੱਗੇ ਦੋ ਹਨਾ? ਹਾਂਜੀ ਭਾਈ, ਰੌਕਫੋਰਡ ਦੇ ਦੋ P2 ਆ ਇਹ ਜੀ। ਤੇ ਸਪੀਕਰ ਆਪਾਂ ਕਿਹੜੇ ਯੂਜ਼ ਕੀਤੇ ਇਹਦੇ ਵਿੱਚ? ਸਪੀਕਰ ਭਾਜੀ ਪਾਈਨਰ ਦਾ ਆਇਆ ਭਾਜੀ ਮਾਡਲ ਇਹ। ਠੀਕ ਹੈ। ਮੈਨੂੰ ਨਾਮ ਤਾਂ ਨਹੀਂ ਪਤਾ ਕੌਣ ਸਾ, ਪਰ ਪਾਈਨਰ ਦਾ ਮਾਡਲ ਹੈ ਭਾਜੀ। ਠੀਕ ਹੈ ਭਾਜੀ। ਤੇ ਐਂਪਲੀਫਾਇਰ? ਐਂਪਲੀਫਾਇਰ ਭਾਜੀ ਐਂਟਰਫਾਇਰ ਲਾਇਆ ਭਾਜੀ ਇਹਨੂੰ। ਮੋਨੋ ਐਂਪਲੀਫਾਇਰ ਲੱਗਿਆ ਹੋਣਾ। ਠੀਕ ਹੈ ਭਾਜੀ। ਇੱਕ 2 ਚੈਨਲ ਹੈ ਭਾਜੀ ਸਪੀਕਰਾਂ ਵਾਸਤੇ। ਠੀਕ ਹੈ। ਤੇ ਇਸ ਦੇ ਆਪਾਂ ਤੁਹਾਨੂੰ ਲਾਸਟ 3 CS ਦਾ ਮਿਊਜ਼ਿਕ ਵੀ ਸੁਣਾਵਾਂਗੇ। ਜੇ ਤੁਸੀਂ ਪੰਜਾਬੀ ਵਰਜ਼ਨ ਸੁਣਨਾ ਚਾਹੁੰਦੇ ਤੇ ਤੁਸੀਂ ਇੰਸਟਾਗ੍ਰਾਮ ਅਕਾਊਂਟ ਤੇ ਜਾ ਕੇ ਵੀ ਦੇਖ ਸਕਦੇ ਆ। ਤੇ ਹੋਰ ਭਾਜੀ ਆਪਾਂ ਇਹਦੇ ਵਿੱਚ ਕੀ ਚੇਂਜ ਕੀਤਾ? ਹੋਰ ਭਾਜੀ ਆਪਾਂ ਜਿੱਦਾਂ MB ਪਲੋ ਜਿਹੜੇ ਪਰਾਲੀ ਵਾਸਤੇ ਚੱਲਦੇ ਆ, ਉਹਨਾਂ ਵਾਸਤੇ ਇਹਨੂੰ ਡਬਲ ਡਿਸਟ੍ਰੀਬਿਊਟਰ ਲਵਾਇਆ ਭਾਜੀ ਪਿੱਛੇ ਦੇ ਆਪਾਂ। ਠੀਕ ਹੈ। ਇਹਨੂੰ ਕੰਮ 'ਚ ਵੀ ਯੂਜ਼ ਕਰ ਸਕੇ ਜੇ ਕਿਤੇ ਲੋਡ ਪੈ ਜਾਵੇ। ਵੈਸੇ ਤਾਂ ਆਪਾਂ ਭਾਜੀ ਨਹੀਂ ਕਰਦੇ ਇਹਨੂੰ, ਹਾਂਜੀ ਸ਼ੌਕ ਲਈ ਰੱਖਿਆ, ਪਰ ਕਿਤੇ ਕਰ ਲਿਆ ਆਪਾਂ ਇਹਦੇ ਵਿੱਚ ਡਬਲ ਡਿਸਟ੍ਰੀਬਿਊਟਰ ਲਵਾ ਦਿੱਤਾ ਭਾਜੀ। ਠੀਕ ਹੈ ਭਾਜੀ।
ਹੁੱਕ ਬੰਕ ਤੇ ਹੁੱਕ ਵੀ ਮਤਲਬ ਕਿ ਆ ਵੀ ਬਣਵਾਈ ਹੈਵੀ ਹੁੱਕ ਬਣਵਾਈ ਹੋਈ ਹੈ ਨਾ ਆਪੀ ਭਾਜੀ ਹੈਵੀ ਲਵਾਈ ਹੈ ਜਿੱਦਾਂ ਆਪਣਾ ਆਲੂਆਂ ਦਾ ਕੰਮ ਹੈ ਭਾਜੀ ਟਰਾਲੇ ਵੱਡੇ ਪਾਉਣੇ ਪੈਂਦੇ ਆਪਾਂ ਨੂੰ ਠੀਕ ਹੈ ਭਾਜੀ ਹੈਵੀ ਕਰਾਈ ਸੀ ਭਾਜੀ ਠੀਕ ਹੈ इस दे नाल जी आपां इह वीडियो करदे हां इत्थे खत्म। अगर वीडियो पसंद आई तां लाइक करके शेयर कर जरूर करो, साडे चैनल नूं करो सबसक्राइब, अगर नहीं कीता ते चैनल नूं वध तों वध सपोर्ट करो जी। थैंक यू।